ਜਿਵੇਂ ਨਿਹੰਗ ਜੀਤ ਸਿੰਘ ਪੂਲਾ ISI ਏਜੰਟ ਦੱਸਦਾ ਸੀ, ਸਾਮਰਾ ਵੀ ਮੈਨੂੰ ISI ਏਜੰਟ ਦੱਸਦਾ ਸੀ। ਸੋ ਕਹਿੰਦੀ ਵੇ ਹੁਣ ਸੋ ਮੈਂ ਤੁਹਾਨੂੰ ਯੂ ਸੀ ਵਿਦਾਊਟ ਪਰੂਫ ਤਾਂ ਅਸੀਂ ਕੋਈ ਚੱਲਦੇ ਹੀ ਨਹੀਂ ਗੇ ਕੋਈ ਅਥੈਂਟਿਕ। ਹੁਣ ਮੇਰੇ ਕੋਲ ਸੋ ਇਹ ਜਿਹੜਾ ਬਾਬਾ ਮਾਨ ਸਿੰਘ ਹੈ, ਹੀ ਇਜ਼ ਏ ਬੈਚਲਰ, ਇਹ ਗ੍ਰਿਸ਼ਤੀ 'ਚ ਵੀ ਨਹੀਂ ਆਇਆ ਔਰ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਰੀਇਨਕਾਰਨੇਸ਼ਨ ਆਫ ਗੁਰੂ ਗੋਬਿੰਦ ਸਿੰਘ ਹਾਂ ਔਰ ਨਾਲੇ ਵੀ ਕਹਿੰਦਾ ਕਿ ਕ੍ਰਿਸ਼ਨ ਭਗਵਾਨ ਦਾ ਵੀ ਰੂਪ ਮੇਰੇ 'ਚ ਹੈ ਕਿਉਂਕਿ ਇਹ ਕਰਮ ਕਰਨੇ ਨੇ। ਹਾਂ ਉਹ ਕਰਨੇ ਨੇ। ਸੋ ਇਹਦੀਆਂ ਮੇਰੇ ਖਿਆਲ ਨੂੰ ਤਸਵੀਰਾਂ ਕੁਛ ਹੈਗੀਆਂ ਇੰਟਰਨੈਟ 'ਤੇ ਹੈਗੀਆਂ। ਹਾਂਜੀ। ਸੋ ਇਹ ਬੱਚੀਆਂ ਦੇ ਬਾਹਰਲੀਆਂ ਦੋ ਬੱਚੀਆਂ ਬਾਹਰਲੀਆਂ। ਅੱਛਾ ਜੀ। ਹਾਂ ਇੱਕ ਨੇ ਸੈਕਸ਼ੁਅਲ ਅਸੋਲਟ ਦਾ ਇਲਜ਼ਾਮ ਲਾਇਆ, ਬਹੁਤ ਸ਼ਰਧਾਲੂ ਸਾਰੀ ਫੈਮਿਲੀ ਇਹਦੀ ਹੋ ਗਈ ਸੀ, ਜਿੱਥੇ ਇਹਨੇ ਕਹਿਣਾ ਉੱਥੇ ਬੱਚਿਆਂ ਉਹਨਾਂ ਪਹੁੰਚਣਾ, ਜੇ ਬੱਚੇ ਨਹੀਂ ਸੀ ਜਾ ਸਕਦੇ ਡਿਊ ਟੂ ਸਕੂਲਿੰਗ, ਕਹਿੰਦੀ ਕਿ ਮੈਂ ਉੱਥੇ ਜਾਂਦੀ ਸੀਗੀ, ਬਿਲਕੁਲ ਉਹ ਇਹਦੀ ਸ਼ਰਧਾਲੂ ਉਹ ਫੈਮਿਲੀ ਬਣ ਚੁੱਕੀ ਸੀ। ਅਤੇ ਉਹਨੇ ਅਤੇ ਇੱਕ ਹੋਰ ਉਰੀਸੇ ਤੋਂ ਗੁੰਮਰਾਹ ਕਰਕੇ ਇੱਕ ਬੱਚੀ ਨੂੰ ਵੈਰੀ ਹਾਈਲੀ ਕੁਆਲੀਫਾਈਡ ਤਿੰਨ ਭੈਣਾਂ ਹੀ ਸੀ ਉਹਨੂੰ ਲੈ ਆਇਆ ਸੀ ਇਹ ਕਹਿ ਕੇ ਕਿ ਮੈਂ ਤੈਨੂੰ ਅਕੈਡਮੀ ਖੋਲ੍ਹਣੀ ਆ ਉਹਦੀ, ਮੈਂ ਤੈਨੂੰ ਪ੍ਰਿੰਸੀਪਲ ਬਣਾ ਦਿਆਂਗਾ। ਸੋ ਐਂਟਾਈਸ ਕਰਦਾ ਇਹ ਵੀਕ ਜਿਹੜਾ ਬਗਿਆੜ ਹੁੰਦਾ ਜਿਵੇਂ ਮਾੜੀਆਂ ਭੇਡਾਂ ਨੂੰ। ਇਹ ਹੁਣ ਤਿੰਨ ਭੈਣਾਂ ਹੀ ਸੀ ਉਸ ਪਰਿਵਾਰ ਦੀਆਂ ਔਰ ਮੈਂ ਤੁਹਾਡੇ ਵਿਆਹ ਬੜੇ ਕਰ ਦਿਆਂਗਾ ਅੱਛੇ, ਮੈਂ ਤੁਹਾਨੂੰ ਬਾਹਰ ਵੀ ਭੇਜ ਦਿਆਂਗਾ। ਸੋ ਪੀਪਲਸ ਕਮ ਟੂ ਦਿਸ ਸੋਰਟ ਆਫ ਪ੍ਰੈਸ਼ਰ ਕਹਿ ਲਓ ਜਾਂ ਝੂਠੇ ਲਾਰੇ। ਸੋ ਇਹ ਬੱਚੀ ਨਾਲ ਵੀ ਉਹਨੇ ਰੇਪ ਕੀਤਾ ਔਰ ਇੱਕ ਨਾਲ ਸੈਕਸੁਅਲ ਅਸੋਲਟ ਕੀਤਾ। ਇੱਕ ਦੀ ਪ੍ਰੋਪਰਟੀ ਇਹ ਜਦੋਂ ਇਹ ਚਿਮਟੇ ਖੜਕਾਉਂਦਾ ਹੈ ਫਿਰ ਕੰਗਰੀਗੇਸ਼ਨ ਨੂੰ ਕਹਿੰਦਾ ਹੈ ਸੋਨੇ ਦੀ ਕੀ ਵੈਲਿਊ ਆ, ਸੋਨਾ ਦਿਓ, ਚੂੜੀਆਂ ਬੀਬੀਆਂ ਲਾ ਕੇ। ਫਿਰ ਇੱਕ ਨੇ ਕਿਹਾ ਪਰਸ ਸਾਡੇ ਵਹਿੰਦਾ ਹੁੰਦਾ ਸੀ ਅਤੇ ਜੇ ਵਿੱਚ ਕੁਛ ਪੈਸੇ ਹੋਣੇ ਤਾਂ ਕਹਿਣਾ ਹੈ ਦਾਨ ਕਰ ਦਿਓ, ਤੁਹਾਡੀ ਮੁਕਤੀ ਤਾਂ ਹੀ ਹੋਣੀ ਆ, ਸੈਲਵੇਸ਼ਨ। ਇੱਕ ਸੁਖਦੇਵ ਸਿੰਘ ਗਿੱਲ ਕੈਲੀਫੋਰਨੀਆ ਰਹਿੰਦਾ ਬੱਚਾ, ਉਹਨੇ ਉੱਤੋਂ $40,000 ਇਹ ਠੱਗ ਕੇ ਲੈ ਆਇਆ ਕਿ ਮੈਂ ਰਾਤ ਸੁਪਨਾ ਆਇਆ ਗੁਰੂ ਗੋਬਿੰਦ ਸਿੰਘ ਮੇਰੇ ਆਏ ਨੇ ਸੁਪਨੇ 'ਚ ਪ੍ਰਗਟ ਹੋਏ ਨੇ ਅਤੇ ਉਹਨਾਂ ਕਹਿ ਕੇ ਇੱਕ ਸੋਨੇ ਦਾ ਬਾਜ ਇੱਥੋਂ ਬਣਾ ਕੇ ਲੈ ਕੇ ਜਾ ਅਮਰੀਕਾ। ਸੋ ਇਸ ਬਾਜ ਦੇ ਬਹਾਨੇ, ਸੋਨੇ ਦਾ ਬਾਜ ਬਣਾਉਣ ਦੇ ਬਹਾਨੇ ਲੋਕਾਂ ਨੂੰ ਠੱਗਿਆ ਹੀ ਨੇ। ਅਤੇ ਇਸ ਕਰਕੇ ਮੈਂ ਤੁਹਾਨੂੰ ਪੜ੍ਹ ਦਿੰਦਾ ਔਰ ਲੇਟੈਸਟ ਜਿਹੜਾ ਇਹਦਾ ਕੇਸ ਸਾਡੇ ਕੋਲ ਆਇਆ ਉਹ ਇੱਕ ਡਾਕਟਰ ਸੁਖਵਿੰਦਰ ਸਿੰਘ ਖਹਿਰਾ। ਤੁਸੀਂ ਇਹ ਫੇਥਫੁੱਲਾਂ 'ਤੇ ਹੀ ਇਹੋ ਜਿਹੇ ਅੱਤਿਆਚਾਰ ਕਰਦਾ ਪਹਿਲੋਂ, ਲੋਕ ਮੈਨੂੰ ਨਹੀਂ ਸਮਝ ਆਉਂਦੀ ਕਿਉਂ ਇਹਦੇ ਸ਼ਰਧਾਲੂ ਬਚ ਜਾਂਦੇ ਨੇ। ਇਹ ਬੱਚੇ ਨੇ ਡਾਕਟਰੀ ਕੀਤੀ ਸੀ, ਇਹਦੇ ਫਾਦਰ BSF 'ਚੋਂ ਰਿਟਾਇਰ ਹੋਏ ਸੀ, ਉਹ ਪ੍ਰੋਪਰਟੀ ਡੀਲਿੰਗ ਥੋੜ੍ਹੀ ਕਰਨ ਲੱਗ ਗਏ ਅਤੇ ਆਈ ਥਿੰਕ ਆ ਜਿਹੜੀ ਕੋਲੋਨੀ ਕੱਟੀ 5 ਏਕੜ ਉਹਦੇ 'ਚ ਉਹਨਾਂ ਵੀ ਪਲੋਟ ਲਿਆ, ਹੋ ਸਕਦਾ ਉਹਨਾਂ ਨੂੰ ਕੋਈ ਸਸਤਾ ਦੇ ਦਿੱਤਾ ਹੋਵੇ, ਅਤੇ ਜਿੱਥੇ ਉਹਨਾਂ 3 ਬੈਡਰੂਮ ਘਰ ਬਣਾਇਆ ਅਤੇ ਜਿਹੜਾ ਇਹਨੇ ਛਡਵਾਇਆ ਡਾਕਟਰ ਖਾਰਾ ਦਾ ਫੈਮਿਲੀ ਦਾ। ਸੋ ਇਹ ਫੈਮਿਲੀ ਡਾਕਟਰ ਖਾਰਾ ਨੂੰ ਲੈ ਗਿਆ ਉੱਥੇ ਕਿ ਤੇਰੀ ਵਾਈਫ ਪੜ੍ਹੀ ਲਿਖੀ ਹੈ ਟੀਚ ਕਰੇਗੀ ਅਤੇ ਮੇਰੀ ਉਹ ਸਕੂਲ ਦੇ ਵਿੱਚ ਪੇਵੇ ਅਤੇ ਤੁਸੀਂ ਉਹ ਮੇਰਾ ਜਿਹੜਾ ਕਲੀਨਿਕ ਹੈ ਯੂ ਲੁੱਕ ਆਫਟਰ ਦੈਟ। 2004 'ਚ ਲੈ ਗਿਆ ਅਪ੍ਰੈਲ 'ਚ, ਸਾਲ ਦੇ ਬਾਅਦ ਇਹ ਉਹਨਾਂ ਨੂੰ ਰਾਏ ਇਹਦੇ ਕਰਿੰਦੇ ਰਾਏ ਦਿੰਦੇ ਸੀ ਕਿ ਬਾਬਾ ਜੀ ਤੇਰੇ ਕੋਲ ਜਿਹੜੀਆਂ ਲੇਡੀਜ਼ ਔਰਤਾਂ ਬੱਚੀਆਂ ਆਉਣਗੀਆਂ ਉਹਨਾਂ ਦਾ ਅਲਟਰਾਸਾਊਂਡ ਕਰੋ, ਸਕੈਨਿੰਗ ਕਰੋ ਔਰ ਅਗਰ ਲੜਕਾ ਹੈ ਤਾਂ ਫਿਰ ਦੱਸੋ ਔਰ ਅਗਰ ਲੜਕੀ ਆ ਤਾਂ ਉਹ ਕਹਿ ਕੇ ਵੀ ਇਹ ਮਾੜੀ ਰੂਹ ਆ ਜਾਂ ਇਹ ਡਿਫੋਰਮਡ ਆ ਤਾਂ ਉਹਨੂੰ ਅਬੋਰਟ ਕਰ ਦਿਓ। ਤਾਂ ਕਿ ਪੁੱਤਰਾਂ ਵਾਲਾ ਬਾਬਾ ਇਹ ਬਣਨਾ ਚਾਹੁੰਦਾ ਸੀ ਅਤੇ ਆਪਣੀ ਅਨਫੋਰਚੁਨੇਟਲੀ ਆਪਾਂ ਪੁੱਤਰ ਪੁੱਤਰ ਕਰਦੇ ਰਹਿੰਦੇ ਹਾਂ ਅਤੇ ਪੁੱਤਰ ਹੀ ਗੱਲ 'ਚ ਸਾਫਾ ਪਾਉਂਦੇ ਨੇ ਜਿਹੜੀਆਂ ਬੱਚੀਆਂ ਨੇ ਉਹ ਅਖੀਰ ਤੱਕ ਤੁਹਾਡੇ ਗੁਰੂ ਸਾਹਿਬ ਨੇ ਕੀ ਪਦਵੀ ਦਿੱਤੀ ਗੁਰੂ ਨਾਨਕ ਸਾਹਿਬ ਨੇ। ਸੋ ਜੇ ਬੱਚੀਆਂ ਨਾ ਹੋਣ ਤਾਂ ਆਪਾਂ ਕਿੱਥੋਂ ਆਉਂਦੇ। ਸੋ ਆਈ ਡੋਂਟ ਅੰਡਰਸਟੈਂਡ ਦੀ ਸਾਈਕ ਜਿਹੜੀ ਸਪੈਸ਼ਲੀ ਸਾਡੇ ਜੱਟ ਕਮਿਊਨਿਟੀ ਦੇ ਵਿੱਚ ਸਿੱਖਾਂ 'ਚ ਹੈਗੀ ਆ ਕਿ ਪੁੱਤਰ ਹੋਣਾ ਚਾਹੀਦਾ ਪੁੱਤਰ ਹੋਣਾ ਚਾਹੀਦਾ। ਸੋ ਇਹ ਐਕਸਪਲੋਇਟ ਉਹ ਵੀ ਕਰਦਾ ਸੀਗਾ। ਸੋ ਜਦੋਂ ਇਹਨੇ ਡਾਕਟਰ ਖਾਰਾ ਦੇ ਕੋਲ ਫਿਰ ਇਹਨੇ ਵੀ ਸੁਨੇਹਾ ਭੇਜੇ, ਆਪ ਵੀ ਬੁਲਾ ਕੇ ਕਿਹਾ ਅਤੇ ਉਹਨੇ ਕਿਹਾ ਬਾਬਾ ਜੀ ਮੈਂ ਜਾਂ ਤਾਂ ਕੋਈ ਪ੍ਰੋਬਲਮ ਹੋਵੇ ਤਾਂ ਸਕੈਨਿੰਗ ਕਰਾਂ, ਈਵਨ ਐਜ਼ ਇਟ ਇਜ਼ ਹਾਰਮਫੁੱਲ ਨੇ ਜਿਹੜੀਆਂ ਰੇਜ਼ ਵਗੈਰਾ ਜਾਂ ਸਕੈਨਿੰਗ, ਐਵੇਂ ਤਾਂ ਕਰਨੀ ਨਹੀਂ ਚਾਹੀਦੀ ਬਿਲਾ ਵਜ੍ਹਾ, ਅਤੇ ਬਾਕੀ ਆਹ ਕੰਮ ਨਹੀਂ ਮੈਂ ਕਰ ਸਕਦਾ। ਸੋ ਉਹਨੂੰ ਸਬਕ ਸਿਖਾਉਣ ਲਈ ਉਹਦਾ ਪਛਾਣਦਾ ਬੰਦਿਆਂ ਨੂੰ ਇੱਕ ਡਾਕਟਰ, ਸੋ ਕਾਲ ਡਾਕਟਰ ਪਰਮਜੀਤ ਸਿੰਘ ਕੰਗ, ਇੱਕ ਇਹਨਾਂ ਦਾ ਬੜਾ ਸ਼ਰਧਾਲੂ ਹੈ, ਸ਼ਾਇਦ ਨਜ਼ਦੀਕੀ ਰਿਸ਼ਤੇਦਾਰ ਵੀ ਹੈ ਜਲੰਧਰ ਦਾ ਔਰ ਉਹ ਆ ਦਵਾਈਆਂ ਜਿਹੜੀਆਂ ਤਾਕਤ ਦੀਆਂ ਦਵਾਈਆਂ
ਤਾਕਤ ਬੜੀ ਆ ਜਾਏਗੀ ਤੁਹਾਡੇ ਚ ਆਈ ਡੋਂਟ ਥਿੰਕ ਸੋ ਇਜ਼ ਅ ਕੁਆਲੀਫਾਈਡ ਡਾਕਟਰ ਬਟ ਆਈ ਐਮ ਨੋਟ ਸ਼ੋਰ ਤੇ ਉਹ ਤੇ ਦੋ ਬੰਦੇ ਹੋਰ ਆਏ ਉਹਨਾਂ ਨੇ ਇਹਨੂੰ ਫੜ ਕੇ ਇਹਦੇ ਮੂੰਹ ਦੇ ਉੱਤੇ ਤੇਜ਼ਾਬ ਪਾਤਾ ਔਰ ਉੱਧਰ ਪਾਣੀ ਵੀ ਬੰਦ ਕੀਤਾ ਸੀ ਟੈਂਕੀਆਂ ਦਾ ਤਾਂ ਕਿ ਇਹ ਕੋਈ ਰਿਲੀਫ ਨਾ ਮਿਲੇ ਤੋ ਛੇਤੀ ਟੁੱਟਾ ਨਾ ਜਾਏ ਔਰ ਦੋ ਘੰਟੇ ਉੱਥੇ ਤੜਫਦਾ ਰਿਹਾ ਇਹਦੀ ਜਿਹੜੀ ਕਲੀਨਿਕ ਦੇ ਵਿੱਚ ਨਰਸ ਸੀਗੀ ਹਿੰਦੂ ਗਰਲ ਆਈ ਫੋਰਗੇਟ ਹਰ ਨੇਮ ਉਹਨੇ ਇਹਨੂੰ ਰਿਪੋਰਟ ਐਫ ਆਈ ਆਰ ਵੀ ਉਹਨੇ ਲਿਖਾਈ ਗੱਡੀ ਮੰਗਾਈ ਉੱਥੇ ਲੋਕਲ ਹੋਸਪਿਟਲ ਡੇਰੇ ਦਾ ਕੋਈ ਜ਼ਿੰਮੇਵਾਰ ਆਦਮੀ ਇਹਨੂੰ ਨਹੀਂ ਪਹੁੰਚਿਆ ਲੈ ਕੇ ਨਹੀਂ ਗਿਆ ਸੋ ਇਟ ਸ਼ੋਜ਼ ਕਿ ਇਹ ਪ੍ਰੀ ਪਲੈਨਡ ਪ੍ਰੀ ਮੈਡੀਟੇਟਿਡ ਸਾਜ਼ਿਸ਼ ਸੀਗੀ ਇਹ ਪੀ ਜੀ ਆਈ ਚਲਾ ਗਿਆ ਬਾਬਾ ਮਾਨ ਸਿੰਘ ਉਦੋਂ ਬਾਹਰ ਆਇਆ ਸੀ ਆਈ ਥਿੰਕ ਉਹ ਵੀ ਇੰਟੈਂਸ਼ਨਲ ਸੀ ਪਰ ਉਹਦੇ ਟੈਲੀਫੋਨ ਵੀ ਆਉਂਦੇ ਰਹੇ ਅਤੇ ਇਹਨੂੰ ਕਹਿੰਦੇ ਰਹੇ ਵੀ ਇਹਨੂੰ ਸਮਝਾਓ ਅਸੀਂ ਉਹਦੀ ਇਲਾਜ ਵੀ ਪੂਰਾ ਕਰਾਂਗੇ ਅਤੇ ਹੋ ਸਕਦਾ ਥੋੜ੍ਹੀ ਮੇਰਾ ਖਿਆਲ ਹੈ ਥੋੜ੍ਹੀ ਮਾਇਆ ਵੀ ਦਿੱਤੀ ਅਤੇ ਬੰਦੇ ਲਗਾਤਾਰ ਮਿਲਣ ਆਉਂਦੇ ਹੁੰਦੇ ਸੀ ਇਹਨੂੰ ਜਿਹੜੇ ਇਹਦੇ ਕਰਿੰਦੇ ਸੀਗੇ ਔਰ ਇਹ ਸੁਜੈਸਟ ਕਰਦੇ ਸੀਗੇ ਕਿ ਉਹ ਡਾਕਟਰ ਜਿਹੜਾ ਸਾਮਰਾ ਗੁਰਵਿੰਦਰ ਸਿੰਘ ਸਾਮਰਾ ਕਿਉਂਕਿ ਉਹ ਬਲੈਕਮੇਲ ਇਹਨੂੰ ਕਰਨ ਵਾਸਤੇ ਹੀ ਯੂ ਨੋ ਉੱਥੋਂ ਅੱਡ ਹੋ ਗਿਆ ਸੀਗਾ ਅਤੇ ਇੱਕ ਸਾਹਿਬ ਸਿੰਘ ਇਹਦਾ ਗੜਵਈ ਸੀਗਾ ਜਿਹੜਾ ਇਹਦੇ ਡੇਰੇ 'ਚ ਚੌਦਾਂ ਸਾਲ ਰਿਹਾ ਸੀਗਾ ਉਹ ਵੀ ਛੱਡ ਗਿਆ ਸੀਗਾ ਅਤੇ ਉਹਨਾਂ ਦੋਵਾਂ ਦਾ ਨਾਂ ਲੈ ਦਿਓ ਅਤੇ ਆਈ ਡੋਂਟ ਨੋ ਵਾਈ ਹੀ ਡਿਡਨਟ ਨੇਮ ਮੀ ਬਟ ਉਹਨਾਂ ਦਾ ਨਾਂ ਲੈ ਦਿਓ ਅਤੇ ਉਹਨੇ ਰਿਫਿਊਜ਼ ਕਰਤਾ ਅਤੇ ਕਹਿਣ ਲੱਗਾ ਵੀ ਅਤੇ ਤੁਹਾਡੀ ਫੈਮਿਲੀ ਦਾ ਬੁਰਾ ਹਾਲ ਕਰਾਂਗੇ ਇਹ 14 April 2007 ਨੂੰ ਇਹਦੇ 'ਤੇ ਐਸਿਡ ਪਾਇਆ ਜਾਂਦਾ ਅਤੇ 24-25 May ਨੂੰ 2007 ਨੂੰ ਇਹਦੇ ਕੋਲ ਆਏ ਨੇ ਔਰ ਇਹਨੂੰ ਥਰੈਟਨ ਕੀਤਾ ਔਰ ਅਗਲੇ ਦਿਨ ਹੀ ਜਾ ਕੇ ਜਦੋਂ ਇਹਦੀ ਮਾਤਾ ਅਤੇ ਬੱਚੇ ਲਕਲੀ ਘਰ ਨਹੀਂ ਸੀਗੇ ਉਹ ਆਪਣੀ ਮਾਸੀ ਕੋਲ ਗਏ ਸੀ ਜਲੰਧਰ ਅਤੇ ਉਦੋਂ ਇਹਦੇ 'ਚ 5-6 ਬੰਦਿਆਂ ਨੇ ਮਾਨ ਸਿੰਘ ਪੇਵਾ ਵੀ ਦੱਸਣ 'ਚ ਆਉਂਦਾ ਹੈ ਕਿ ਗੱਡੀ 'ਚ ਬੈਠਾ ਸੀ ਸ਼ਾਇਦ ਕੋਲਸ ਗੱਡੀ ਦੱਸਦੇ ਨੇ ਨੰਬਰ ਵੀ ਉਹਨਾਂ ਦੱਸੇ ਨੇ ਅਤੇ ਅੱਗ ਲਾ ਦਿੱਤੀ ਗਈ ਘਰ ਨੂੰ ਇਹ ਫਿਰ ਜਿਹੜੇ ਡਾਕਟਰ ਸਮਰਾ ਆਪਣੇ ਬੱਚਿਆਂ ਦੇ ਵਾਲ ਕੱਟ ਕੇ ਅਤੇ ਇਹਦੀ ਮਾਂ ਇਹਨੂੰ ਉਂਗਲ ਫੜ ਕੇ ਲਈ ਫਿਰਦੀ ਹੈ 100% ਬਲਾਈਂਡ ਹੈ ਔਰ ਇਹਦੀ ਵਾਈਫ ਸਰਵਿਸ ਕਰਦੀ ਹੈ ਇਹ ਮੇਰੇ ਕੋਲ ਆਏ ਮੇਰਾ ਖਿਆਲ ਐਂਡ ਆਫ ਮਾਰਚ ਔਰ ਇਹਨਾਂ ਜਦੋਂ ਸਾਰੀ ਦਾਸਤਾਨ ਦੱਸੀ ਹਾਰਟ ਰੈਂਡਰਿੰਗ ਬਹੁਤ ਹੀ ਦਰਦਨਾਕ ਸੀ ਅਤੇ ਮੈਂ ਕਿਹਾ ਕੋਈ ਨਹੀਂ ਜਿੱਥੋਂ ਤੱਕ ਹੋ ਸਕਦਾ ਆਪਾਂ ਕਾਨੂੰਨ ਦਾ ਦਰਵਾਜ਼ਾ ਖੜਕਾਈਏ ਜਸਟਿਸ ਅਜੀਤ ਸਿੰਘ ਬੈਂਸ ਨਵਕਿਰਨ ਤਾਂ ਉੱਧਰ ਨਹੀਂ ਆਏ ਬਿਜ਼ੀ ਸੀਗੇ ਕਿਤੇ ਅਸੀਂ ਫਿਰ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦਾ ਲੜਕਾ ਵੀ ਇਜ਼ ਏ ਵੈਰੀ ਗੁੱਡ ਹਾਈ ਕੋਰਟ ਦੇ ਜੱਜ ਨੇ ਆਰ ਐੱਸ ਬੈਂਸ ਅਤੇ ਉਹਦੀ ਰਿਟ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਇੱਕ ਤਾਂ ਇਹਨੂੰ ਸਿਕਿਉਰਿਟੀ ਦਿੱਤੀ ਜਾਏ ਬੜਾ ਡਰ ਕੇ ਰਹਿ ਰਿਹਾ ਸੀ ਇਹ ਡਾਕਟਰ ਸਾਮਰਾ ਅਤੇ ਦੀ ਫੈਮਿਲੀ ਸੋ ਡੀ ਜੀ ਪੀ ਮਿਸਟਰ ਗਿੱਲ ਨੇ 2 ਪੁਲਿਸਮੈਨ ਸਿਕਿਉਰਿਟੀ ਦਿੱਤੀ ਆ ਔਰ ਅਸੀਂ ਹੋਰ ਮੰਗੀ ਆ ਹਾਈ ਕੋਰਟ 'ਚ ਉਹ ਵੀ ਸਾਡੀ ਰਿਟ ਪੈਂਡਿੰਗ ਹੈ ਔਰ ਜਿਹੜੀ ਐੱਫ ਆਈ ਆਰ ਕੋਈ ਇਨਕੁਆਇਰੀ ਨਹੀਂ ਹੋਈ ਭੇਵੇ ਵਾਲੀ ਇਹਨੂੰ ਅੰਨਾ ਕਰਨ ਦੀ ਜਾਂ ਤੇਜ਼ਾਬ ਸੁੱਟਣ ਦੀ ਔਰ ਜਿਹੜਾ ਘਰ ਸਾੜਿਆ ਗਿਆ ਉਹ ਵੀ ਐੱਫ ਆਈ ਆਰ ਪੁਲਿਸ ਸਟੇਸ਼ਨ ਸਦਰ ਜਲੰਧਰ ਦੇ ਵਿੱਚ ਹੈਗੀ ਆ ਅਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਮੰਗੀ ਹੈ ਕਿ ਸਾਨੂੰ ਵੈਸੇ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ 'ਤੇ ਇਤਬਾਰ ਨਹੀਂ ਹੈ ਸਾਨੂੰ ਸੀ ਬੀ ਆਈ ਇਨਕੁਆਇਰੀ ਦਿੱਤੀ ਜਾਏ ਅਤੇ ਉਹਦੀ ਡੇਟ 30 July ਆ ਦੋਵਾਂ ਸਟੇਟਾਂ ਨੂੰ ਨੋਟਿਸ ਗਿਆ ਅਤੇ ਪੂਰੀ ਉਮੀਦ ਹੈ ਕਿ ਸਾਨੂੰ ਸੀ ਬੀ ਆਈ ਇਨਕੁਆਇਰੀ ਮਿਲ ਜਾਏਗੀ ਜਿਸ ਤਰ੍ਹਾਂ ਰਾਮ ਰਹੀਮ ਵੀ ਸੀ ਬੀ ਆਈ ਇਨਕੁਆਇਰੀ 'ਚ ਹੀ ਫਿਰ ਇਹ ਫੜਿਆ ਗਿਆ ਜਿਹੜਾ ਇਹਨੇ ਬੜੀ ਸਟਾਲ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਮੈਂ 2006 ਦੇ ਵਿੱਚ ਮੈਂ ਪ੍ਰੈਸ ਕਾਨਫਰੰਸ ਕੀਤੀ ਕਿ ਰਾਮ ਰਹੀਮ ਨੂੰ ਕਾਹਦਾ ਡਰ ਹੈ ਜੇ ਉਹ ਬਾਬਾ ਹੈ ਆਪਣੇ ਆਪ ਨੂੰ ਸਮਝਦਾ ਹੈ ਸੇਂਟ ਹੈ ਅਤੇ ਇਹਦੀ ਤਾਂ ਕਿਤਾਬ ਜਿਹੜੀ ਹੈ ਉਹ ਤਾਂ ਸਾਫ਼ ਹੋਣੀ ਚਾਹੀਦੀ ਵਾਈ ਇਜ਼ ਹੀ ਵਰੀਡ ਅਬਾਊਟ ਸੀ ਬੀ ਆਈ ਇਨਕੁਆਇਰੀ ਫਿਰ ਜਦੋਂ ਲੜਕੀਆਂ ਦੋ ਰੇਪ ਵਿਕਟਮਸ ਨੇ ਹੌਸਲੇ ਨਾਲ ਬਾਹਰ ਆਈਆਂ ਅਤੇ ਅਸੀਂ ਉਹਨਾਂ ਕੋਲ ਮੈਂ ਫੌਜੀ ਭੇਜੇ ਸੀ 10 ਪੂਰੀ ਗੱਡੀ ਭਰ ਕੇ 5,000 ਰੁਪਇਆ ਵੀ ਉਹਨਾਂ ਨੂੰ ਦਿੱਤਾ ਸੰਗਤ ਵੱਲੋਂ ਅਤੇ ਉਹਨਾਂ ਨੂੰ ਉਹਨਾਂ ਦੇ ਬਿਆਨ ਹੋ ਗਏ ਨੇ ਮਰਡਰ ਕੇਸ ਵੀ ਹੈ ਮਾੜੀ ਇਨਕੁਆਇਰੀ ਚੱਲ ਰਹੀ ਆ ਅਤੇ ਆਮ ਸ਼ੋਰ ਕਿ ਹੀ ਗੋ ਬਿਹਾਇੰਡ ਦੀ ਬਾਰਸ ਐਂਡ ਸੋ ਵਿਲ ਸੋ ਕਾਲਡ ਸੰਤ ਬਾਬਾ ਮਾਨ ਸਿੰਘ ਪੇਹਵਾ ਅਤੇ ਮੈਂ ਵੀ ਹੁਣ ਇੱਕ ਹੋਰ ਸੰਤ ਨਿਰਮਲ ਕੁਟੀਆ ਜਵਾਲਾ ਅਜੀਤ ਸਿੰਘ ਦੇ ਕੇਸ 'ਚ ਇੱਥੇ ਆਇਆ ਸੀ ਉਹਨੇ ਲਾਈਨ